गुरु के चरण खोए खोए मंगो गुरु के
जिस गुर के करो पानी जिस गुर के अकल गत जानी जिस गुर के कर जिन्हां चीजां राही कलयुग तोड़दा कलेश अग लगी थी कोई कोई घर बचे नूं कहिंदी ओ सस कहिंदी ओ ਕਿਤੇ ਆਵਾਜ਼ ਹੀ ਦਿੱਤੀ ਸੱਸ ਨੇ ਕੁਦਰਤ ਵੱਲੋਂ ਨਹੀਂ ਸੁਣੀ ਗਈ ਤੂੰ ਸੱਤ ਸੱਤ ਦਿਨ ਰੋਟੀ ਤੇ ਪਕਦੀ ਪਰ ਅੰਦਰ ਜਿਵੇਂ ਯਹਿਰ ਜਾ ਰਿਹਾ कलेश कल कलेश तीजा भै अनेक तरह के डर मेरी कुड़ी का की बने चक ले करजे चौदह चौदह लाख भेजना इनू बाहर सच ते चल इथे कनेडा है इथे अमरीका है सहज सुभा चले गए तां वी
ਸੱਚ ਤੇ ਚੱਲੋ। ਗੁਰਬਾਣੀ ਨੂੰ ਇੰਨਾ ਕੁ ਮੰਨੋ ਕਿ ਪੱਥਰ ਚ ਕੀੜੇ ਨੂੰ ਰੋਟੀ ਦੇ ਸਕਦਾ ਤੈਨੂੰ ਇੰਡੀਆ ਬੈਠਿਆ ਵੀ ਦੇ ਸਕਦਾ। ਆਖੋ ਪੱਥਰ ਚ ਰੋਟੀ ਦੇ ਸਕਦਾ ਤੂੰ ਬਿਨਾਂ ਵਜ੍ਹਾ ਭੈ ਲਾ ਰਿਹਾ ਮਨ ਨੂੰ ਧੀ ਦਾ ਕੀ ਬਣੂ। ਉਹ ਪਤਾ ਬਾਜਾਂ ਵਾਲੇ ਦਾ ਪਤਾ ਉਹਦੀ ਮਿਹਰ ਆ ਜੇ ਤੂੰ ਕਹਿੰਦਾ ਮੇਰੀ ਧੀ ਦਾ ਕੀ ਬਣੇ ਉਹਦੀ ਮਿਹਰ ਹੋ ਜੇ ਹੋ ਸਕਦਾ ਤੇਰੀ ਧੀ ਹਜ਼ਾਰਾਂ ਨੂੰ ਰੋਟੀ ਖਵਾਉਣ ਵਾਲੀ ਬਣੇ। ਇੰਗਲੈਂਡ ਦੇ ਉਹ ਜਦੋਂ ਇੰਗਲੈਂਡ ਪਹਿਲੀ ਵਾਰੀ ਗਏ ਆ ਜਸਵਿੰਦਰ ਸਿੰਘ ਕੋਹਲੀ ਉਹ ਕਹਿੰਦੇ ਨੌਕਰੀ ਤਾਂ ਮਿਲਣੀ ਦਾੜੀ ਕੱਟੋ, ਨੌਕਰੀ ਤਾਂ ਮਿਲਣੀ ਕੇਸ ਕੱਟੋ। ਜਦੋਂ ਮੈਂ ਗਿਆ ਉਹਨਾਂ ਕੋਲ ਹੋ ਕੇ ਵੀ ਆਇਆ ਕਹਿੰਦੇ ਮਹੀਨਾ ਲੇਟ ਨੌਕਰੀ ਲੱਭ ਲਾਂਗੇ ਦੋ ਮਹੀਨੇ ਲੇਟ। ਗੁਰੂ ਗੋਬਿੰਦ ਸਿੰਘ ਜੀ ਜੇ ਪੱਥਰ ਚ ਕੀੜੇ ਨੂੰ ਰੋਟੀ ਦੇ ਸਕਦੇ ਹੋ ਮੈਨੂੰ ਕੇਸ ਕੱਟਣ ਤੋਂ ਬਿਨਾਂ ਵੀ ਇੰਗਲੈਂਡ ਚ ਰੋਟੀ ਦੇ ਦੇ। ਗੱਜ ਕੇ ਆਖੋ ਸਰ ਉਹਦੀ ਮੌਜ ਦੀ ਗੱਲ ਹੈ ਕਿਤੇ ਉਹ ਨੌਕਰੀ ਲੱਭਦਾ ਸੀ। ਸਿੱਖੀ ਨਹੀਂ ਛੱਡੀ ਫਿਰ ਨਿਮਰਤਾ ਚ ਕਈ ਵਾਰੀ ਬੰਦਾ ਕੱਟੜਤਾ ਚ ਆ ਕੇ ਕਹਿੰਦਾ ਉੱਥੇ ਤੇ ਉਹ ਸਿੱਖ ਪ੍ਰਵਾਨ ਹੁੰਦਾ ਜਿਹੜਾ ਆਪਾ ਗਵਾਉਂਦਾ ਚੰਗੇ ਚੀਜ਼ ਦੀ ਵੀ ਮੈਂ ਨਹੀਂ ਆਣ ਦਿੰਦੀ ਆਪਾ ਗਵਾਓ। ਪਤਾ ਨਹੀਂ ਮੈਂ ਲਫ਼ਜ਼ ਕਹਾਂਗੇ ਨਾ ਜਿਹੜੇ ਗੁਰਸਿੱਖ ਨੇ ਅੰਦਰੋਂ ਮੈਂ ਨੂੰ ਗਵਾ ਤਾ ਉਹ ਦੇਵਤਿਆਂ ਤੋਂ ਵੀ ਉੱਚਿਆ ਉਹਦੀ ਪਦਵੀ ਦੇਵਤਿਆਂ ਤੋਂ ਉੱਚੀ। ਆਖੋ ਸਤਿਨਾਮ। ਮੈਨੂੰ ਹੁਣ ਗੁਰਬਾਣੀ ਜੋ ਸ਼ਬਦ ਬਾਬਾ ਸੁਖਦੇਵ ਸਿੰਘ ਜੀ ਨੇ ਬੋਲਿਆ ਸੀ 10-15-20 ਦਿਨ ਪਹਿਲੇ ਉਹਦੇ ਚ ਆ ਸੀ ਵੀ ਗੁਰਸਿੱਖ ਦੀ ਪਦਵੀ ਇਹਨਾਂ ਦੇਵਾਂ ਤੋਂ ਵੀ ਉੱਚੇ ਹੋ ਜਾਂਦੀ ਜਿਹੜਾ ਆਪਣੇ ਆਪ ਨੂੰ ਗਵਾ ਦਿੰਦਾ। ਆਖੋ ਸਤਿਨਾਮ। ਮੈਂ ਇਹਨੂੰ ਮਾਰ ਲਿਆ ਬਰੂਦ ਦੇ ਢੇਰ ਤੇ ਬੈਠ ਕੇ ਵੀ ਬਰੂਦ ਨੂੰ ਜਿਹਨੇ ਜਰਿਆ ਗੱਜ ਕੇ ਆਖੋ ਸਰ। ਇਹ ਜਸਵਿੰਦਰ ਸਿੰਘ ਕੋਹਲੀ ਨੇ ਜਿਨ੍ਹਾਂ ਨੇ ਦਾੜੀ ਨਹੀਂ ਕਟਾਈ ਰੋਮ ਨਹੀਂ ਕਟਾਏ ਗੁਰੂ ਗੋਬਿੰਦ ਸਿੰਘ 4 ਮਹੀਨੇ ਵਿਹਲੇ ਬਹਿ ਜਾਂਦੇ। ਆਖੋ ਸਰ। ਉਹ ਕੀ ਕਹਿੰਦੇ ਕਿਤੇ ਕਹਿੰਦੇ ਮੈਂ ਅੰਗਰੇਜ਼ਾਂ ਕੋਲ ਨੌਕਰੀ ਲੱਭਦਾ ਸਾਂ ਕਹਿੰਦੇ ਬਾਜਾਂ ਦਾ ਟੁੱਟ ਪਿਆ ਕਹਿੰਦੇ ਅੱਜ 100-150 ਅੰਗਰੇਜ਼ ਮੇਰੇ ਕੋਲ ਨੌਕਰੀ ਕਰਦੇ ਇੰਗਲੈਂਡ। ਕੱਲ ਕਲੇ ਭੈ ਭੈ ਡਰ ਬਿਨਾਂ ਵਜ੍ਹਾ ਕੋਈ ਡਰੇ ਇਹ ਡਰ ਲੱਗੀ ਜਾਂਦੀ। ਅਗੋਂ ਕਹਿੰਦੇ ਭਰਮ ਕਈ ਤਰ੍ਹਾਂ ਦੇ ਵਹਿਮ ਆਈ ਪਰਮ ਆਈ ਐ ਅਲਮਾਰੀ ਚੋਂ ਇਹ ਸੂਟ ਪਾਇਆ ਸੀ ਜਿਹਦੇ ਨੇ ਇਹ ਸੂਟ ਪਾਇਆ ਸੀ ਨਾ ਉਹ ਦਿਨ ਮੇਰੀ ਬੇਟੀ ਨੂੰ ਠੇਡਾ ਲੱਗਾ ਸੀ ਉਹ ਭਰਮ ਆ ਗਿਆ ਉਹਨੇ ਇਹ ਨਹੀਂ ਪਾਉਣਾ। ਆਪਸ ਮੈਂ ਵੀ ਤੁਹਾਡੇ ਚੋਂ ਹੀ ਭਰਮ ਆ ਜਾਂਦੇ ਆ ਜਿੱਥੇ ਭਰਮ ਆ ਜੇ 5 ਪੌੜੀਆਂ ਜਪਜੀ ਸਾਹਿਬ ਪੜ੍ਹ ਦਿਆ ਕਰੋ ਸੱਚੇ ਪਾਤਸ਼ਾਹ ਹੁਣ ਤੂੰ ਜਾਣ ਤੇਰੀ ਬਾਣੀ ਜਾਣ। 5ਵੀਂ ਚੀਜ਼ ਕੀ ਕਹੀ ਜੀ ਕੱਲ ਕਲੇ ਭੈ ਭਰਮ ਚੌਥੀ ਭਰਮ ਵਹਿਮ ਆਣੇ 5ਵੀਂ
ਦੁੱਖ ਲੱਥ ਕਲ ਕਲੇਸ਼ ਪੈ ਭਰਮ ਦੁੱਖ ਲੱਥ ਕੋ ਨਾਨਕ ਮੇਰਾ ਗੋਰ ਪਾ ਕੇ ਛੋਟੀ ਉਮਰੇ ਪੁੱਗੀਆਂ ਰੂਹਾਂ ਤੇ ਸਾਰਾ ਪਿਆਰ ਚੱਲ ਰਿਹਾ ਬਾਬਾ ਟਲ ਰਾਏ ਸਾਹਿਬ ਜੀ ਦਾ ਆਖੋ ਸਤਿਨਾਮ ਪੂਰੀ ਕੋਸ਼ਿਸ਼ ਥੋੜੇ ਥੋੜੇ ਸਮੇਂ ਵਿੱਚ ਹੀ ਜਿਹੜੇ ਸ਼ਬਦ ਨੂੰ ਉਧਾਰ ਬਣਾਇਆ ਪਹਿਲੇ ਪੂਰਾ ਕਰ ਲਈਏ ਰਾਮ ਜਪੋ ਰਾਮ ਜਪੋ ਜੀ ਰਾਮ
ਸੰਗਤ ਛੋਟੀ ਉਮਰੇ ਪੁੱਗੀਆਂ ਰੂਹਾਂ ਅੱਜ ਵੀਹਵਾਂ ਭਾਗ ਜਿਨ੍ਹਾਂ ਦਾ ਨਾਂ ਲਿਆ ਠੰਡ ਪੈਂਦੀ ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ ਆਖੋ ਸਾਹਿਬ ਪਿਛਲੇ ਵੀਰਵਾਰ ਤੋਂ ਸ਼ੁਰੂ ਹੋਇਆ ਇਹ ਬਾਬਾ ਜੀ ਦਾ ਬਾਬਾ ਅਟਲ ਰਾਏ ਜੀ ਕੋਈ ਸੰਗਤ ਨਵੀਂ ਆਈ ਹੁੰਦੀ ਹੈ ਜਦੋਂ ਬਾਬਾ ਅਟਲ ਰਾਏ ਜੀ ਦਾ ਆਗਮਨ ਹੋਇਆ ਛੇਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਕੀਰਤਨ ਸੁਣੋ ਸਾਰਾ ਤੁਸੀਂ ਸੁਣ ਚੁੱਕੇ ਹੋ ਆਏ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਵੀ ਇੰਜ ਲੱਗਦਾ ਵੀ ਸਾਰਾ ਘਰ ਆਨੰਦ ਨਾਲ ਭਰਿਆ ਪਿਆ ਆਖੋ ਸਾਥ ਨਾਲ ਕਿਹੋ ਜਿਹੀ ਰੂਹ ਆਈ ਦੂਜਾ ਮਹਾਰਾਜ ਨੇ ਕੀ ਕੀਤਾ ਕੀਰਤਨ ਆਰੰਭ ਕਰਾ ਦਿੱਤਾ ਆਖੋ ਸਾਥ ਤੀਜਾ ਲੋੜਵੰਦਾਂ ਨੂੰ ਅੰਨ ਧਨ ਵਸਤਰ ਦੇਣੇ ਕੀਤੇ ਚੌਥਾ ਗੁਰੂ ਹਰਗੋਬਿੰਦ ਸਾਹਿਬ ਨੇ ਨਾਂ ਰੱਖਿਆ ਇਹ ਬੱਚਾ ਅਟਲ ਸਮਾਧੀਆਂ ਲਾਏਗਾ ਇਹਦਾ ਨਾਂ ਬਾਬਾ ਅਟਲ ਰਾਏ ਰੱਖਦੇ ਨੇ ਆਖੋ ਸਾਹਿਬ ਪੰਜਵਾਂ ਸਹਿਜ ਪਾਠ ਆਰੰਭ ਕੀਤਾ ਉਦੋਂ ਗੁਰੂ ਗ੍ਰੰਥ ਨਹੀਂ ਸੀ ਕਹਿੰਦੇ ਆਦਿ ਗ੍ਰੰਥ ਗੁਰੂ ਗ੍ਰੰਥਾਂ ਦੀ ਪਦਵੀ ਦਸਵੇਂ ਪਾਤਸ਼ਾਹ ਮਿਲੇ ਹੁਣ ਅੱਜ ਆਪਾਂ ਅੱਗੇ ਚੱਲਣਾ ਅਟਲ ਰਾਏ ਦੀ ਮੇਰ ਕਰਨੀ ਸਾਡੇ ਬਾਬਾ ਅਟਲ ਬਾਬਾ ਅਟਲ ਰਾਏ ਦੀ ਬਾਬਾ ਅਟਲ ਰਾਏ ਦੀ ਬਾਬਾ ਅਟਲ ਰਾਏ ਸਾਹਿਬ ਜੀ 40 ਦਿਨ ਦੇ ਹੋਏ ਆਖੋ ਸਾਹਿਬ ਬਾਬਾ ਅਟਲ ਰਾਏ ਦੇ ਮਾਤਾ ਨਾਨਕੀ 40 ਦਿਨ ਬਾਅਦ ਬਾਬਾ ਅਟਲ ਰਾਏ ਜੀ ਨੂੰ ਕਿੱਥੇ ਖੜਿਆ ਸਰੋਵਰ ਨਾਤੇ ਸਭ ਉਤਰੇ ਪਾਪ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਡਿੱਠੇ ਸਭੇ ਥਾਂ ਵਧਾ ਪੁਰਖ ਵਿਦਾਤੇ ਤਾਂ ਤੂੰ ਸੋ ਗਿਆ ਸਰੋਵਰ ਨਾਤੇ ਸਭ ਉਤਰੇ ਪਾਪ ਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਮਾਤੇ ਮੈਨੂੰ ਤੁਹਾਡਾ ਨਹੀਂ ਪਤਾ ਇੱਕ ਇੱਕ ਲਫ਼ਜ਼ ਸੁਣ ਕੇ ਤੁਹਾਨੂੰ ਆਨੰਦ ਆਵੇ ਜਦੋਂ ਉਹ ਆਨੰਦ 'ਚ ਪਹੁੰਚੋਗੇ ਨਾ ਮੈਂ ਕਹਿੰਦਾ ਬਾਬਾ ਅਟਲ ਰਾਏ ਮਹਾਰਾਜ ਆਪਣੀ ਕਿਰਪਾ ਨਾਲ ਇੱਥੇ ਵੀ ਹਾਜ਼ਰ ਹੋਏ
ਝੋਲੀਆਂ ਭਰ ਕੇ ਜਾ। ਇਹ ਮੇਰੀ ਭੋਲੀ ਭਾਲੀ ਸੰਗਤ ਆਖੋ ਸਾਹ। ਬਾਬਾ ਜੀ ਸਾਡੇ ਕੋਲ ਸਿਆਣਪ ਕਰਾਈ ਕਿਰਪਾ ਮੰਗਦੇ ਤੁਹਾਡੇ ਕੋਲ ਚਾਬੀਆਂ ਨੇ ਆਖੋ ਸਾਹ। ਬਾਬਾ ਟਲ ਰਾਏ ਜੀ ਨੂੰ 40 ਦਿਨ ਬਾਅਦ ਮਾਤਾ ਨਾਨਕੀ ਜੀ ਨੇ ਕਿੱਥੇ ਖੜਿਆ ਦਰਬਾਰ ਸਾਹਿਬ ਆਖੋ ਸਾਹਿਬ।